ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਕੈਂਪਸ ਟੀਵੀ ਅਤੇ ਮੈਂ ਤੁਹਾਡਾ ਆਪਣਾ ਤਰਨ ਢਿੱਲੋਂ। ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਮਿਸਟਰ ਐਚ ਐਸ ਫੁਲਕਾ ਜੀ ਆਏ ਸੀਗੇ, ਜੋ ਕਿ ਆਮ ਆਦਮੀ ਪਾਰਟੀ ਦੇ ਇੱਕ ਬੜੇ ਹੀ ਮੰਨੇ ਹੋਏ ਲੀਡਰ ਵੀ ਨੇ, ਅਤੇ ਉਹਨਾਂ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ, ਰੂਬਰੂ ਹੋਏ ਅਤੇ ਇੱਕ ਇੰਟਰੈਕਟਿਵ ਸੈਸ਼ਨ ਵੀ ਕੀਤਾ। ਅਤੇ ਹੁਣ ਈਵੈਂਟ ਹੋ ਚੁੱਕਿਆ ਅਤੇ ਉਹ ਸਾਡੇ ਨਾਲ ਟਾਈਮ ਕੱਢਿਆ ਸਰ ਨੇ। ਵੈਲਕਮ ਸਰ ਟੂ ਦਾ ਸ਼ੋ। ਫਸਟ ਕੁਸ਼ਚਨ ਜੋ ਕਿ ਸਾਰੇ ਪੰਜਾਬ ਦਾ ਯੂਥ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ MP ਦੇ ਇਲੈਕਸ਼ਨ ਲੜੇ ਸੀਗੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਵੱਲੋਂ, ਤੁਸੀਂ ਰਿਜ਼ਾਈਨ ਕਿਉਂ ਕਰਕੇ ਚਲੇ ਗਏ ਸਾਰੀ ਪੋਸਟਾਂ ਤੋਂ? ਦੇਖੋ, ਉਸ ਵੇਲੇ ਉਹ ਟਾਈਟਲਰ ਦਾ, ਜਗਦੀਸ਼ ਟਾਈਟਲਰ ਦਾ ਜਿਹੜਾ 84 ਵਾਲਾ ਕੇਸ ਸੀ, ਉਸ ਦੇ ਵਿੱਚ ਬੜੀ ਗੜਬੜੀ ਹੋ ਰਹੀ ਸੀ। ਮੋਦੀ ਸਰਕਾਰ ਨੇ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਅਤੇ ਉੱਥੇ ਅੱਗੇ CBI ਉਹਦੇ 'ਚ ਗੜਬੜੀ ਕਰ ਰਹੀ ਸੀ, ਅਤੇ ਉੱਧਰੋਂ ਸੱਜਣ ਕੁਮਾਰ ਦੇ ਕੇਸ 'ਚ ਵੀ ਜੋ ਜੱਜ ਵੱਲੋਂ ਗੜਬੜੀ ਹੋ ਰਹੀ ਸੀ। ਔਰ ਉਹ ਹਾਲਤ ਦੇ ਵਿੱਚ ਥੋੜ੍ਹਾ ਇੰਟਰਨੈਸ਼ਨਲ ਪ੍ਰੈਸ਼ਰ ਪਾਉਣ ਦਾ ਵੀ ਬੜੀ ਜ਼ਰੂਰਤ ਸੀ, ਅਤੇ ਉਸ ਕਰਕੇ ਜੋ ਕਿ ਮੈਂ ਪਾਰਟੀ ਦੇ ਸਪੋਕਸਪਰਸਨ ਹੋਣ ਦੇ ਨਾਤੇ ਨਹੀਂ ਸੀ ਕਰ ਸਕਦਾ, ਅਤੇ ਮੈਂ ਪਾਰਟੀ ਦੇ ਅਹੁਦੇ ਤੋਂ ਰਿਜ਼ਾਈਨ ਕੀਤਾ ਸੀ। ਪਾਰਟੀ ਤੋਂ ਨਹੀਂ ਸੀ ਰਿਜ਼ਾਈਨ ਕੀਤਾ, ਪਾਰਟੀ ਦੇ ਮੈਂ ਐਕਟਿਵ ਰਿਹਾ ਰਿਹਾ। ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਇਸ਼ੂ ਨੂੰ ਉੱਥੋਂ ਜਦੋਂ UNO ਦੇ ਸਾਹਮਣੇ ਵੀ ਉੱਥੇ ਉਠਵਾਇਆ, ਅਤੇ ਫਿਰ ਜਦੋਂ ਮੋਦੀ ਲੰਡਨ ਗਏ ਤਾਂ ਉੱਥੇ ਵੀ ਇਸ਼ੂ ਨੂੰ ਉਠਾਇਆ। ਉਸ ਤੋਂ ਬਾਅਦ ਫਿਰ ਮੈਂ ਸਾਈਕਲ ਰੈਲੀ ਵੀ ਕੱਢੀ, ਅਤੇ ਉਹ ਸਾਰੀ ਚੀਜ਼ਾਂ ਇੰਪੈਕਟ ਇਹ ਹੋਇਆ ਕਿ ਔਰ ਕੋਰਟ ਤੋਂ ਅਸੀਂ ਫਿਰ ਬਾਅਦ ਦੇ ਵਿੱਚ ਵਾਪਸ ਉਹ ਟਾਈਟਲ ਦੀ ਕਲੀਨ ਚਿੱਟ ਨੂੰ ਰਿਜੈਕਟ ਕਰਵਾਇਆ ਜੀ ਸਰ, ਔਰ ਹੁਣ ਦੂਜੀ ਵਾਰੀ ਕੇਸ ਰੀਓਪਨ ਕਰਵਾ ਦਿੱਤਾ। ਉੱਧਰੋਂ ਸੱਜਣ ਕੁਮਾਰ ਦਾ ਕੇਸ ਵੀ, ਜਿਹੜੇ ਜੱਜ ਨੇ ਜੋ ਗੜਬੜੀ ਕਰ ਰਿਹਾ ਸੀ ਉਹ ਜੱਜ ਕੋਲੋਂ ਟ੍ਰਾਂਸਫਰ ਹੋ ਕੇ ਦੂਜੇ ਪਾਸ ਚਲਾ ਗਿਆ ਜੀ ਸਰ। ਹੁਣ ਤੁਸੀਂ ਕਿਉਂਕਿ ਹੁਣ ਕੇਸ ਲੜੋਗੇ ਕਿ ਤੁਸੀਂ ਇਲੈਕਸ਼ਨਸ ਵਿੱਚ ਵੀ ਪਾਰਟੀਸਪੇਟ ਕਰੋਗੇ ਜਿਹੜੇ 2017 'ਚ ਹੋਣੇ ਆ? ਦੋਨੋਂ ਕੁਛ ਕਰਾਂਗੇ। ਦੋਨੋਂ ਕਰੋਗੇ ਤੁਸੀਂ ਐਕਟਿਵਲੀ? ਅਤੇ ਮਤਲਬ ਅਸੀਂ ਇੱਕ ਵਾਪਸੀ ਮੰਨ ਸਕਦੇ ਹਾਂ ਇੱਕ ਥੋੜ੍ਹੇ ਸ਼ੋਰਟ ਪੀਰੀਅਡ ਤੋਂ ਬਾਅਦ? ਪੋਲੀਟਿਕਸ, ਐਕਟਿਵ ਪੋਲੀਟਿਕਸ ਦੇ ਵਿੱਚ ਵਾਪਸੀ ਕਹਿ ਸਕਦੇ? ਪਾਰਟੀ ਵਿੱਚ ਤਾਂ ਮੈਂ ਹਮੇਸ਼ਾ ਹੀ ਸੀ, ਐਕਟਿਵ ਪੋਲੀਟਿਕਸ ਦੇ ਵਿੱਚ ਵਾਪਸੀ। ਅਤੇ ਸਰ, ਕਿਉਂਕਿ ਬਹੁਤ ਸਾਰੀਆਂ ਇੱਕ ਗੱਲਾਂ ਬਾਤਾਂ ਮੀਡੀਆ 'ਚ ਇਹ ਵੀ ਫੈਲਾਈ ਜਾ ਰਹੀਆਂ ਕਿ ਵੀ CM ਕੈਂਡੀਡੇਟ HS ਫੁਲਕਾ ਜੀ ਹੋਣਗੇ? ਨਹੀਂ, ਐਸੇ ਕੋਈ ਫੈਸਲਾ ਨਹੀਂ ਹੈ, ਐਸੀ ਕੋਈ ਗੱਲ ਨਹੀਂ ਹੈ। ਓਕੇ ਸਰ, ਜਦੋਂ ਮੌਕਾ ਆਏਗਾ ਉਸ ਟਾਈਮ ਪਾਰਟੀ ਡਿਸਾਈਡ ਕਰੇਗੀ ਕਿ ਕਿਸ ਨੂੰ CM ਕੈਂਡੀਡੇਟ ਕਰਨਾ। ਅਤੇ ਸਰ, ਇੱਕ ਸ਼ਾਸਤਰਾਂ ਹਿੰਦੂ ਸ਼ਾਸਤਰਾਂ ਦੇ ਹਿਸਾਬ ਨਾਲ ਇੱਕ ਹੁੰਦਾ ਸ਼ਾਮ ਦਾਮ ਦੰਡ ਭੇਦ, ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਦੇ 4 ਤਰੀਕੇ ਹੁੰਦੇ ਆ, ਅਤੇ ਰੀਸੈਂਟਲੀ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਦੇਖਿਆ ਜਾਏ ਦਰਾਰ ਜੀ ਪਈ ਹੈ, ਜਿਵੇਂ ਗਾਂਧੀ ਜੀ ਧਰਮਵੀਰ ਗਾਂਧੀ ਜੀ ਨੂੰ ਕੱਢ ਦਿੱਤਾ ਗਿਆ, ਤੁਹਾਨੂੰ ਕੀ ਲੱਗਦਾ ਇਹਦੇ ਨਾਲ ਵੀਕ ਹੋ ਗਈ ਹੈ ਆਮ ਆਦਮੀ ਪਾਰਟੀ? ਕਿਆ ਇਹ ਦੂਸਰੀ ਪਾਰਟੀਸ ਕਰ ਰਹੀਆਂ ਨੇ ਵੀਕ ਕਰਨ ਵਾਸਤੇ? ਨਹੀਂ, ਐਸੀ ਕੋਈ ਗੱਲ ਨਹੀਂ, ਕੋਈ ਵੀਕ ਤਾਂ ਨਹੀਂ ਹੋਵੇ, ਕੋਈ ਵਜ੍ਹਾ ਸੀਗੀ ਜਿੰਨਾ ਕਰਕੇ ਉਹ, ਕਿਉਂਕਿ ਉਹ ਜੋ ਪਾਰਟੀ ਦੇ ਡਿਸਿਪਲਿਨ ਦੇ ਵਿੱਚ ਗਾਂਧੀ ਜੀ ਨੇ ਤਾਂ ਜ਼ਿਆਦਾ ਸਾਥ ਦਿੱਤਾ, ਉਹ ਜੋਗਿੰਦਰ ਯਾਦਵ ਜੋ ਪਾਰਟੀ ਦੇ ਡਿਸਿਪਲਿਨ ਵਿੱਚ ਨਹੀਂ ਸੀ, ਔਰ ਜੋਗਿੰਦਰ ਯਾਦਵ ਨੂੰ ਸਿਰਫ ਪਾਰਟੀ ਦੇ ਅਹੁਦਿਆਂ ਤੋਂ ਰਿਮੂਵ ਕੀਤਾ ਸੀ, ਪਾਰਟੀ ਤੋਂ ਰਿਮੂਵ ਨਹੀਂ ਸੀ ਕੀਤਾ। ਠੀਕ ਹੈ, ਉਹਨਾਂ ਨੇ ਐਂਟੀ ਪਾਰਟੀ ਐਕਟੀਵਿਟੀ ਸ਼ੁਰੂ ਕਰਤੀ, ਗਾਂਧੀ ਜੀ ਨੇ ਉਹਨਾਂ ਦਾ ਸਾਥ ਦਿੱਤਾ, ਅਤੇ ਉਸ ਕਰਕੇ ਉਹ ਜੋ ਐਕਸ਼ਨ ਸੀ ਲੈਣਾ ਪਿਆ, ਪਰ ਪਾਰਟੀ ਨੂੰ ਕੋਈ ਫਰਕ ਨਹੀਂ ਆ। ਅਜੇ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਜਿਵੇਂ ਉਤਸ਼ਾਹ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਹੀ ਆ ਜਿਵੇਂ ਸੀ ਰਾਦਰ, ਬਲਕਿ ਹੁਣ ਪਹਿਲਾਂ ਦੇ ਨਾਲੋਂ ਕਿਤੇ ਹੋਰ ਜ਼ਿਆਦਾ ਵਧਿਆ, ਕਿਉਂਕਿ ਮਾਘੀ ਦੀ ਜਿਹੜੀ ਮਾਘੀ ਦਾ ਮੇਲਾ ਹੋਇਆ ਸੀਗਾ ਉੱਥੇ ਸਭ ਪਾਰਟੀ ਦੀ ਕੈਨਵਸਿੰਗ ਵੀ ਹੋਈ ਸੀਗੀ, ਅਤੇ ਸਭ ਤੋਂ ਜ਼ਿਆਦਾ ਇਕੱਠ ਦੇਖਿਆ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦਾ ਹੀ ਇਕੱਠ ਦੇਖਣ ਨੂੰ ਮਿਲਿਆ ਸੀ। ਪਰ ਸਰ, ਉਸੇ ਜਗ੍ਹਾ ਬਾਦਲ ਸਾਹਿਬ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਅਰਬਨ ਫਿਨੋਮੀਨਾ, ਰੂਰਲ ਏਰੀਆਜ਼ ਦੇ ਵਿੱਚ ਇਹਦਾ ਇਫੈਕਟ ਨਹੀਂ ਹੈ ਮੇਰਾ ਖਿਆਲ। ਹੁਣ ਪਤਾ ਨਹੀਂ ਮੈਂ ਕੀ ਕਹਾਂ, ਬਾਦਲ ਸਾਹਿਬ ਨੇ ਜਾਂ ਤਾਂ ਉਹ ਵੀਡੀਓਜ਼ ਨਹੀਂ ਦੇਖੀਆਂ ਹੈ, ਪਰ ਲੋਕਾਂ ਤਾਂ ਦਿੱਸੀਆਂ ਨਾ, ਉਹਨਾਂ ਦਾ ਜੈਨਾ ਦਿਸਣ ਜੀ ਸਰ ਉੱਥੇ, ਬਲਕਿ ਪਿੰਡਾਂ ਦੇ ਉੱਥੇ ਜੇਕਰ ਉੱਥੇ ਦੇਖਿਆ ਜਾਵੇ ਤਾਂ 80% ਕੀ 80 ਤੋਂ ਵੀ ਜ਼ਿਆਦਾ 85-90% ਹੀ ਲੋਕ ਜਿਹੜੇ ਸੀਗੇ ਉੱਥੇ ਪਿੰਡਾਂ ਦੇ ਬੈਠੇ ਸੀ ਉਸ ਘੱਟ ਦੇ ਵਿੱਚ, ਅਤੇ ਹੁਣ ਜੇ ਉਹਨਾਂ ਨੂੰ ਨਾ ਦਿਸੇ ਤਾਂ ਹੁਣ ਇਹਦੇ ਤਾਂ ਫਿਰ ਕੁਛ ਕਹਿ ਨਹੀਂ ਸਕਦੇ। ਸਰ, ਰੀਸੈਂਟਲੀ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਏ ਸੀਗੇ ਅਤੇ ਉੱਥੇ ਜਸਟਿਨ ਟਰੂਡੋ ਦੀ ਗੌਰਮੈਂਟ ਆਈ, ਅਤੇ ਉੱਥੇ ਇੱਕ ਬੜਾ ਡਿਫਰੈਂਟ ਫਿਨੋਮੀਨਾ ਦੇਖਣ ਨੂੰ ਮਿਲਿਆ ਕਿ ਜਿਹੜਾ ਪਰਸਨ ਜਿਸ ਫੀਲਡ 'ਚ ਪਰਫੈਕਟ ਸੀ ਉਹਨੂੰ ਉਹਦੀ ਮਿਨਿਸਟਰੀ ਦੇ ਦਿੱਤੀ ਗਈ, ਜੇ ਡਾਕਟਰ ਸੀ ਤਾਂ ਹੈਲਥ ਮਿਨਿਸਟਰ ਬਣਾ ਦਿੱਤਾ ਗਿਆ, ਜੇ ਫੌਜੀ ਸੀਗਾ ਤਾਂ ਡਿਫੈਂਸ ਮਿਨਿਸਟਰ ਬਣਾ ਦਿੱਤਾ ਗਿਆ। ਸਾਡੇ ਇੱਥੇ ਕੀ ਹੁੰਦਾ ਕਿ ਜਿਵੇਂ ਕਿ 10ਵੀਂ ਫੇਲ ਹੈ ਤਾਂ ਉਹਨੂੰ ਐਜੂਕੇਸ਼ਨ ਮਿਨਿਸਟਰ ਬਣਾ ਦਿੰਦੇ ਆ, ਜੇ ਮਤਲਬ ਬਿਜ਼ਨਸਮੈਨ ਹੈ ਤਾਂ ਕਾਮਰਸ ਮਿਨਿਸਟਰ ਬਣਾ ਦਿੰਦੇ ਆ। ਆਮ ਆਦਮੀ ਪਾਰਟੀ ਕਿਹਨਾਂ ਨੂੰ ਮੌਕਾ ਦੇਗੀ ਸਰ? ਦੇਖੋ, ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਜੋ ਕਿਸੇ ਦੀ ਕੁਆਲੀਫਿਕੇਸ਼ਨ ਉਹਦੀ ਕਦਰ ਕੀਤੀ ਹੈ, ਜੋ ਐਕਸਪਰਟ ਹੈ ਜਿਸ ਫੀਲਡ ਦੇ ਵਿੱਚ ਉਸਦੀ ਕਦਰ ਕੀਤੀ ਹੈ, ਔਰ ਹਮੇਸ਼ਾ ਹੀ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਏ ਆ। ਔਰ ਪੰਜਾਬ ਦੇ ਵਿੱਚ ਸਰਕਾਰ ਬਣੂਗੀ ਤਾਂ ਜੋ ਐਕਸਪਰਟ ਨੇ ਉਸ ਫੀਲਡ ਦੇ ਉਹਨਾਂ ਨੂੰ ਅੱਗੇ ਲਿਆਦਾ ਜਾਏਗਾ। ਠੀਕ ਹੈ ਸਰ, ਅਤੇ ਇੱਕ ਕੁਸ਼ਚਨ ਮੈਂ ਹੋਰ ਪੁੱਛਣਾ ਚਾਹੁੰਦਾ ਸੀਗਾ ਕਿ ਸਵਿਤਾ ਭੱਟੀ ਜੋ ਪਹਿਲਾਂ ਜਾਂ ਸ਼ਾਇਦ ਹੁਣੇ ਵੀ ਆਮ ਆਦਮੀ ਪਾਰਟੀ ਨਾਲ ਐਸੋਸੀਏਟਡ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹਨਾਂ ਨੇ ਇੱਕ ਆਰਟੀਕਲ ਹੁਣੇ ਜੀ ਅਖਬਾਰ ਦੇ ਵਿੱਚ ਲਿਖਿਆ ਸੀਗਾ, ਉਲਟਾ ਪੁਲਟਾ ਜਿਹੜਾ ਕੋਲਮ ਚਲਾਉਂਦੇ ਆ, ਕਿ ਬਹੁਤ ਸਾਰੇ ਮੌਕਾ ਪ੍ਰਸਤ ਜਿਹੜੇ ਪੋਲੀਟੀਸ਼ਨ ਜਿਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਉਹਨਾਂ ਦੀ ਪਾਰਟੀ ਨੇ, ਜਿਵੇਂ ਕਾਂਗਰਸ ਦੇ ਕਈ ਲੀਡਰ ਉੱਥੋਂ ਛੱਡ ਕੇ ਆਮ ਆਦਮੀ ਵਿਚ ਆ ਰਹੇ ਨੇ,
ਪਹਿਲਾਂ ਉਹੀ ਕਹਿੰਦੇ ਸੀਗੇ ਟੋਪੀ ਵਾਲੇ ਅਤੇ ਹੁਣ ਉਹ ਆਮ ਆਦਮੀ ਦਾ ਦਰਵਾਜ਼ਾ ਖਟਖਟਾ ਰਹੇ ਨੇ ਅਤੇ ਇਹੋ ਜਿਹੇ ਲੀਡਰਸ ਨੂੰ ਤੁਸੀਂ ਮੌਕਾ ਦਿਓਗੇ? ਖੈਰ ਮਿਲ ਵੀ ਰਿਹਾ ਸ਼ਾਇਦ ਕਿਤੇ ਨਾ ਕਿਤੇ। ਦੇਖੋ ਜ਼ਿਆਦਾ ਤਾਂ ਨਹੀਂ, ਬਹੁਤ ਐਸੀ ਕੋਈ ਗੱਲ ਨਹੀਂ ਹੈ, ਪਰ ਇੱਕ ਗੱਲ ਜ਼ਰੂਰ ਆਪਾਂ ਦੇਖੀਏ ਕਿ ਪਿਛਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਤਕਰੀਬਨ 24% ਦੇ ਕਰੀਬ ਵੋਟ ਪਈ ਸੀ ਜੀ ਸਰ, ਅਤੇ ਹੁਣ ਆਪਾਂ ਨੂੰ ਉਹ ਵੋਟ ਸ਼ੇਅਰ ਤਾਂ ਵਧਾਉਣਾ ਜੀ, ਉਦੋਂ ਦੁੱਗਣਾ ਨਹੀਂ, ਦੁੱਗਣੇ ਤੋਂ 2.5 ਗੁਣਾ ਹੀ ਕਰਨਾ ਜੀ, ਜੋ 2.5 ਗੁਣਾ ਕਰਨਾ ਅਤੇ ਨਾਲ ਲੋਕਾਂ ਤੋਂ ਹੋਰਾਂ ਨੂੰ ਜੋੜਨਾ, ਪਰ ਮਤਲਬ ਕਿ ਕੋਈ ਗਲਤ ਬੰਦੇ ਨਹੀਂ ਆਉਣਗੇ, ਇਹ ਰੈਸਟ ਸ਼ੋਰ। ਅਤੇ ਕਿਤੇ ਨਾ ਕਿਤੇ ਇੱਕ ਸਰ ਪੋਲੀਟਿਕਸ ਦੇਖਿਆ ਜਾਂਦਾ, ਲੋਕ ਨਾ ਬੜੀ ਜਲਦੀ ਭੁੱਲ ਜਾਂਦੇ ਆ। ਫਰਜ਼ ਕਰੋ ਹੁਣ 10 ਸਾਲ ਅਕਾਲੀ ਪੀਰੀਅਡ ਰਿਹਾ ਤਾਂ ਉਹ ਕਾਂਗਰਸ ਨੂੰ ਮੌਕਾ ਦੇਣਾ ਚਾਹ ਰਹੇ ਕਿਤੇ ਨਾ ਕਿਤੇ, ਜਿਵੇਂ ਕੈਪਟਨ ਸਾਹਿਬ ਯੂਨੀਵਰਸਿਟੀ 'ਚ ਆਏ ਸੀਗੇ, ਕਿਤੇ ਨਾ ਕਿਤੇ ਕੁਸ਼ਚਨ ਐਂ ਲੱਗੇ ਸੀ ਕਿ ਉਹਨਾਂ ਨੂੰ ਮੌਕਾ ਦੇਣਾ ਚਾਹ ਰਹੇ, ਉਹ ਭੁੱਲ ਜਾਂਦੇ ਕਿ ਉਹਨਾਂ ਨੇ ਵੀ ਉਹ ਗਲਤੀਆਂ ਕੀਤੀਆਂ ਸੀ ਜੋ ਅਕਾਲੀ ਨੇ ਕੀਤੀਆਂ। ਇਹ ਲੋਕ ਭੁੱਲ ਜਾਂਦੇ ਨੇ ਕਿ ਇਸ ਵਾਰੀ ਉਹ ਮੌਕਾ ਦੇਣਗੇ ਆਮ ਆਦਮੀ ਪਾਰਟੀ ਨੂੰ? ਦੇਖੋ ਪਹਿਲਾਂ ਲੋਕਾਂ ਦੇ ਕੋਲ ਨਾ ਕੋਈ ਆਪਸ਼ਨ ਨਹੀਂ ਸੀ, ਅਤੇ ਕੈਪਟਨ ਤੋਂ ਤੰਗ ਆ ਗਏ ਤਾਂ ਅਕਾਲੀਆਂ ਨੂੰ ਵੋਟ ਪਾਤੀ, ਅਕਾਲੀਆਂ ਤੋਂ ਤੰਗ ਆ ਗਏ ਤਾਂ ਫਿਰ ਕੈਪਟਨ ਨੂੰ ਕਾਂਗਰਸ ਨੂੰ ਵੋਟ ਪਾਤੀ, ਪਹਿਲਾਂ ਇਹੀ ਸੀ। ਹੁਣ ਆਮ ਆਦਮੀ ਪਾਰਟੀ ਆ ਗਈ ਹੈ, ਇਸ ਕਰਕੇ ਤੁਸੀਂ ਪੰਜਾਬ ਦੇ ਵਿੱਚ ਜੋ ਇੰਨਾ ਵੱਡਾ ਇੰਨਾ ਉਭਾਰ ਹੋ ਰਿਹਾ, ਇੰਨਾ ਲੋਕਾਂ ਦੇ ਤੋਂ ਉਤਸ਼ਾਹ ਹੋ ਰਿਹਾ, ਉਸੇ ਕਰਕੇ ਹੈ ਕਿ ਇੱਕ ਸੱਚੀ ਸੁੱਚੀ ਸੋਚ ਵਾਲੀ ਪਾਰਟੀ ਆ ਗਈ। ਔਰ ਕੇਜਰੀਵਾਲ ਦੀ ਜੋ ਸੋਚ ਆ ਭ੍ਰਿਸ਼ਟਾਚਾਰ ਦੇ ਖਿਲਾਫ਼ ਔਰ ਲੋਕਾਂ ਦੇ ਵਾਸਤੇ ਕੰਮ ਕਰਨਾ, ਉਹਦੇ ਨਾਲ ਲੋਕ ਜੁੜ ਰਹੇ ਨੇ, ਔਰ ਉਸੇ ਕਰਕੇ ਇਹ ਇੰਨਾ ਉਤਸ਼ਾਹ ਲੋਕਾਂ ਦੇ ਵਿੱਚ ਆ ਰਿਹਾ। ਔਰ ਤੁਸੀਂ ਦੇਖਣਾ ਕਿ ਇਹ ਹੁਣ ਅੱਗੇ ਵਧੇਗਾ ਹੀ ਵਧੇਗਾ, ਘਟੇਗਾ ਨਹੀਂ। ਇਸ ਤੋਂ ਮਤਲਬ ਇੱਕ ਆਲਟਰਨੇਟ ਆ ਗਿਆ ਲੋਕਾਂ ਕੋਲ, ਇੱਕ ਆਲਟਰਨੇਟਿਵ ਆ ਗਿਆ, ਉਹ ਵੀ ਇਸ ਤਰ੍ਹਾਂ ਦਾ ਜਿਹੜਾ ਕਿ ਲੋਕ ਖੁਦ ਚਾਹੁੰਦੇ ਆ, ਜਿਹੋ ਜਿਹਾ ਚਾਹੁੰਦੇ ਆ ਉਹ ਜਿਹਾ ਆ ਗਿਆ, ਨਾ ਕਿ ਕੋਈ ਤੀਜਾ ਬਦਲ ਜੀ ਸਰ, ਬਲਕਿ ਲੋਕਾਂ ਦਾ ਆਪਣਾ ਜਿਹੀ ਜਿਹੀ ਉਹ ਚਾਹੁੰਦੇ ਸੀ ਇੱਕ ਪੋਲੀਟੀਕਲ ਪਾਰਟੀ ਇਸ ਤਰ੍ਹਾਂ ਦੀ ਆਵੇ, ਉਸ ਤਰ੍ਹਾਂ ਦੀ ਆ ਗਈ। ਅਤੇ ਕਿਤੇ ਨਾ ਕਿਤੇ ਪੰਜਾਬ ਯੂਨੀਵਰਸਿਟੀ ਜਿਹੜੀ ਸਟੂਡੈਂਟ ਬੋਡੀ ਹੈ ਉਹਦੇ ਵਿੱਚ ਇੱਕ ਕਮੀ ਮਹਿਸੂਸ ਕੀਤੀ ਗਈ ਹੈ, ਕਿਉਂਕਿ ਸਾਰੀ ਪਾਰਟੀਆਂ ਦੇ ਸਟੂਡੈਂਟ ਵਿੰਗਸ ਇੱਥੇ ਪ੍ਰੈਜੈਂਟ ਨੇ, ਪਰ ਆਮ ਆਦਮੀ ਪਾਰਟੀ ਦਾ ਸਟੂਡੈਂਟ ਵਿੰਗ ਇੱਥੇ ਪ੍ਰੈਜੈਂਟ ਨਹੀਂ ਹੈ। ਅਤੇ ਅੱਜ ਸਾਡੀ ਯੂਨੀਵਰਸਿਟੀ ਦੇ ਇੱਕ ਸਟੂਡੈਂਟ ਹੈਗੇ PhD ਸਕਾਲਰ ਭੁਪਿੰਦਰ ਸਿੰਘ ਬਾਠ, ਉਹਨਾਂ ਨੇ ਅੱਜ ਤੁਹਾਨੂੰ ਇਨਵਾਈਟ ਕੀਤਾ, ਕਿਆ ਅਸੀਂ ਇਹ ਸਮਝ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਸਟੂਡੈਂਟ ਵਿੰਗ ਵੀ ਆਏਗਾ ਇੱਥੇ? ਹੁਣ ਬਾਠ ਸਾਹਿਬ ਆ ਗਏ ਨੇ ਨਾ, ਤੁਹਾਡੀ ਯੂਨੀਵਰਸਿਟੀ ਦੇ ਪ੍ਰੋਮੀਨੈਂਟ ਲੀਡਰ ਆ ਭੁਪਿੰਦਰ, ਹਾਂਜੀ ਭੁਪਿੰਦਰ ਬਾਠ ਆ ਗਏ ਤਾਂ ਸਟੂਡੈਂਟ ਵਿੰਗ ਆ ਗਿਆ। ਠੀਕ ਹੈ ਸਰ, ਇਹ ਅਸੀਂ ਲਾਂਚ ਕਦੋਂ ਤੱਕ ਸੁਣ ਸਕਦੇ ਹਾਂ ਇਹਦੇ ਬਾਰੇ? ਬੜੀ ਜਲਦੀ ਪਾਰਟੀ ਫੈਸਲਾ ਕਰੇਗੀ ਇਸ ਬਾਰੇ। ਸਰ ਅਸੀਂ ਤੁਹਾਨੂੰ ਬੈਸਟ ਆਫ ਲੱਕ ਕਹਿਣਾ ਚਾਹਾਂਗੇ ਜਿਹੜੇ ਪੰਜਾਬ ਦੇ ਇਲੈਕਸ਼ਨਸ ਨੇ, ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਿੱਤੋ ਅਤੇ ਪੰਜਾਬ ਦੇ ਵਿੱਚ ਚੇਂਜ ਲੈ ਕੇ। ਥੈਂਕ ਯੂ ਸੋ ਮਚ, ਔਰ ਮੈਂ ਅੱਜ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਸਟੂਡੈਂਟ ਨੇ ਸਭ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਇੰਨੇ ਹੁੰਭ ਹੁਬਾ ਕੇ ਇੰਨੇ ਜੋਸ਼ ਨਾਲ ਪਹੁੰਚੇ ਔਰ ਇੰਨੇ ਜੋਸ਼ ਦੇ ਨਾਲ ਉਹਨਾਂ ਨੇ ਕੁਐਸਚਨ ਪੁੱਛੇ, ਔਰ ਸਾਨੂੰ ਵੀ ਇੰਟਰੈਕਟ ਕਰਨ ਦਾ ਮਜ਼ਾ ਆਇਆ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਤੋਂ, ਖਾਸ ਕਰਕੇ ਯੂਥ ਕੋਲੋਂ ਸਾਨੂੰ ਇਹ ਸੁਜੈਸ਼ਨ ਆਉਣ, ਔਰ ਸਾਨੂੰ ਪਤਾ ਚੱਲੇ ਕਿ ਯੂਥ ਕੀ ਚਾਹੁੰਦਾ, ਤਾਂ ਕਿ ਅਸੀਂ ਉਸ ਡਾਇਰੈਕਸ਼ਨ ਦੇ ਵਿੱਚ ਉਸ ਤਰੀਕੇ ਨਾਲ ਆਪਣੇ ਜਿਹੜੇ ਪੋਲਿਸੀਜ਼ ਔਰ ਪਲਾਨਸ ਔਰ ਮੈਨੀਫੈਸਟੋ ਉਸ ਪਾਸੇ ਬਣਾ ਸਕੀਏ। ਤਾਂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ, ਥੈਂਕ ਯੂ ਸੋ ਮਚ ਸਰ ਫੋਰ ਗਿਵਿੰਗ ਟਾਈਮ ਫੋਰ ਕੈਂਪਸ ਟੀਵੀ। ਸੋ ਦੋਸਤੋ, ਇਹ ਸੀਗੇ ਦਿੱਲੀ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਅਤੇ ਹਿਊਮਨ ਰਾਈਟ ਐਕਟੀਵਿਸਟ HS ਫੁਲਕਾ ਜੀ। ਹੋਰ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਕੈਂਪਸ ਟੀਵੀ। ਯੂ ਮਿਸ ਨਥਿੰਗ।